ਬੜੇ ਜ਼ਿਆਦੇ ਛੋਨੇ ਆਂਦੇ ਅਕਸਰ ਆਪਾਂ ਨੂੰ ਦਾਣੇ ਅੰਸਾਰੇ ਤੋਂ ਬਾਅਦ ਵਿੱਚ ਦਾਗ ਹੀ ਦੇਖਣੇ ਸ਼ੁਰੂ ਹੋ ਜਾਂਦੇ ਨੇ ਜੇ ਤਾਂ ਉਹ ਤੁਹਾਡੀ ਕੋਈ ਬਾਸਮਤੀ ਦੀ ਵੈਰਾਈਟੀ ਹੈ ਤਾਂ ਸਮਝੋ ਤੁਹਾਡਾ ਉਸੇ ਦਿਨ ਹੀ ਰੇਟ ਘੱਟ ਜਾਂਦਾ ਹੈ ਮੰਡੀ ਦੇ ਵਿੱਚ ਤੁਹਾਨੂੰ ਕੋਈ ਬਹੁਤਾ ਵਧੀਆ ਰੇਟ ਉਸ ਬਾਸਮਤੀ ਤੋਂ ਨਹੀਂ ਮਿਲੂਗਾ ਜਿੰਨੀ ਜ਼ਿਆਦਾ ਕੁਆਲਿਟੀ ਖਰਾਬ ਹੋਵੇਗੀ ਜਿੰਨੇ ਜ਼ਿਆਦੇ ਦਾਣੇ ਦਾਗੀ ਹੋਣਗੇ ਉਹਨਾਂ ਘੱਟ ਰੇਟ ਆਪਾਂ ਨੂੰ ਮੰਡੀ ਦੇ ਵਿੱਚ ਬਾਸਮਤੀ ਦਾ ਮਿਲੇਗਾ ਤੇ ਜੇਕਰ ਮੰਨ ਕੇ ਚੱਲੋ ਤੁਹਾਡਾ ਕੋਈ ਪਰਮਲ ਛੋਨਾ ਵੀ ਹੈ ਤਾਂ ਉਹਨੂੰ ਵੇਚਣ ਦੇ ਵਿੱਚ ਵੀ ਕਈ ਆਪਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਆਪਣੇ ਦਾਣਿਆਂ ਦੀ ਕੁਆਲਿਟੀ ਖਰਾਬ ਹੁੰਦੀ ਏ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਉਹ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਹੜੀ ਤੁਹਾਨੂੰ ਕਿਤੇੋਂ ਪੈਸੇ ਦੇ ਕੇ ਵੀ ਹੋ ਸਕਦਾ ਹੈ ਨਾ ਮਿਲੇ ਝੋਨੇ ਦੇ ਦਾਣੇ ਦਾਗੀ ਹੋਣ ਦੇ ਪਿੱਛੇ ਕਿਹੜੇ-ਕਿਹੜੇ ਕਾਰਨ ਹੁੰਦੇ ਨੇ ਕਿ ਦਾਣਿਆਂ ਨੂੰ ਦਾਗੀ ਹੋਣ ਤੋਂ ਬਾਅਦ ਦੇ ਵਿੱਚ ਠੀਕ ਕੀਤਾ ਜਾ ਸਕਦਾ ਹੈ ਕਿਹੜੀਆਂ-ਕਿਹੜੀਆਂ ਸੁਭਰੀਆਂ ਨੇ ਜਿਹੜੀਆਂ ਦਾਣੇ ਦਾਗੀ ਹੋਣ ਤੋਂ ਬਚਾਉਂਦੀਆਂ ਨੇ ਇਹ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਕੇ ਨਾਲ ਬੈਲ ਜੜੀਓ ਨੂੰ ਜ਼ਰੂਰ ਦਬਾ ਲਓ। ਸੋ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਜਾਣਦੇ ਹਾਂ ਕਿੰਨਾ-ਕਿੰਨਾ ਚੀਜ਼ਾਂ ਦਾ ਕਿੰਨਾ-ਕਿੰਨਾ ਯੋਗਦਾਨ ਹੁੰਦਾ ਹੈ ਝੋਨੇ ਦੀ ਦਾਣਿਆਂ ਦੀ ਕੁਆਲਿਟੀ ਨੂੰ ਖਰਾਬ ਕਰਨ ਦੇ ਪਿੱਛੇ। ਵੇਖੋ ਕਿਸੇ ਵੀ ਝੋਨੇ ਦੇ ਦਾਣੇ ਜਦੋਂ ਦਾਗੀ ਹੁੰਦੇ ਨੇ ਤਾਂ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਬਿਮਾਰੀਆਂ ਜਿਹੜੀਆਂ ਨੇ 20% ਤੱਕ ਦਾਗੀ ਕਰ ਸਕਦੀਆਂ ਨੇ। ਲਗਭਗ ਜ਼ਿਆਦਾ ਤੋਂ ਜ਼ਿਆਦਾ 20% ਤੱਕ ਬਿਮਾਰੀਆਂ ਦਾ ਹੱਥ ਹੋ ਸਕਦਾ ਹੈ ਝੋਨੇ ਦੇ ਦਾਣੇ ਦਾਗੀ ਹੋਣ ਦੇ ਪਿੱਛੇ। 40% ਤੱਕ ਇਹਦੇ ਵਿੱਚ ਨਿਊਟ੍ਰੀਸ਼ਨ ਡੈਫੀਸ਼ੈਂਸੀ ਦਾ ਰੋਲ ਹੁੰਦਾ ਹੈ ਤੇ 40% ਤੱਕ ਇਹਦੇ ਪਿੱਛੇ ਰੋਲ ਹੁੰਦਾ ਹੈ ਮੌਸਮ ਦਾ ਕੁਦਰਤ ਦਾ ਪਰ ਇਹਨਾਂ ਸਾਰਿਆਂ ਨੂੰ ਕੁੱਲ ਮਿਲਾ ਕੇ ਜਦੋਂ 100% ਆਪਾਂ ਬਣਾਉਣਿਆਂ ਦਾ 100 ਦੇ ਵਿੱਚੋਂ ਜੋ ਵੀ ਹੁਣ ਤੱਕ ਆਪਾਂ ਤਜਰਬੇ ਕੀਤੇ ਨੇ ਜੋ ਵੀ ਰਿਸਰਚਾਂ ਹੋਈਆਂ ਨੇ ਉਹਨਾਂ ਦੇ ਮੁਤਾਬਕ 90% ਨੁਕਸਾਨ ਜਿਹੜਾ ਉਹਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਕੋਈ ਇਨਸਾਨ ਜਿਹੜਾ ਕੋਈ ਕਿਸਾਨ ਜਿਹੜਾ ਉਹਨੂੰ 90% ਤੱਕ ਕੰਟਰੋਲ ਕਰ ਸਕਦਾ ਹੈ 10% ਤੱਕ ਜਿਹੜਾ ਆਪਣੇ ਹੱਥ ਦੇ ਵਿੱਚ ਨਹੀਂ ਹੁੰਦਾ ਭਾਵੇਂ ਨੁਕਸਾਨ ਮੌਸਮ ਨੇ ਕਰਨਾ ਹੋਵੇ ਭਾਵੇਂ ਨੁਕਸਾਨ ਬਿਮਾਰੀਆਂ ਨੇ ਕਰਨਾ ਹੋਵੇ ਭਾਵੇਂ ਤੁਹਾਡੀ ਨਿਊਟ੍ਰੀਸ਼ਨ ਡੈਫੀਸ਼ੈਂਸੀ ਜਿਹੜੀ ਹੈ ਉਹਨੂੰ ਪੂਰਾ ਕਰਕੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਲ ਕੇ ਘੱਟ ਤੋਂ ਘੱਟ 90% ਤੱਕ ਆਪਾਂ ਆਪਣੇ ਝੋਨੇ ਦਾ ਬਚਾ ਜਿਹੜਾ ਕਰ ਸਕਦੇ ਆ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਨਿਊਟ੍ਰੀਸ਼ਨ ਡੈਫੀਸ਼ੈਂਸੀ ਦੀ ਜਿਹੜੀ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਨਿਊਟ੍ਰੀਸ਼ਨ ਡੈਫੀਸ਼ੈਂਸੀ ਕਿਸੇ ਵੀ ਤੱਤਾਂ ਦੀ ਜਦੋਂ ਜ਼ਮੀਨ ਦੇ ਵਿੱਚ ਜ਼ਿਆਦਾ ਘਾਟ ਆਉਂਦੀ ਹੈ ਜਦੋਂ ਕਾਰਬਨਿਕ ਮੈਟਰ ਦੀ ਜਿਆਦਾ ਜ਼ਮੀਨ ਦੇ ਵਿੱਚ ਕਮੀ ਆਉਂਦੀ ਏ ਉਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਪਣੀ ਜ਼ਮੀਨ ਦੇ ਵਿੱਚ ਪੈਦਾ ਹੁੰਦੀਆਂ ਨੇ ਝੋਨੇ ਦੇ ਉੱਤੇ ਆਉਂਦੀਆਂ ਨੇ ਤੇ ਉਹ ਬਿਮਾਰੀਆਂ ਝੋਨਾ ਕਮਜ਼ੋਰ ਹੋਣ ਦੇ ਕਾਰਨ ਝੋਨੇ ਦੇ ਉੱਤੇ ਹਾਵੀ ਹੋ ਜਾਂਦੀਆਂ ਨੇ ਤੇ ਉਹਦੇ ਕਾਰਨ ਝੋਨੇ ਦੇ ਦਾਣਿਆਂ ਦੇ ਉੱਤੇ ਆਪਾਂ ਨੂੰ ਜਿਹੜੇ ਪ੍ਰਭਾਵ ਨੇ ਉਹ ਮਾੜੇ ਵੇਖਣ ਨੂੰ ਮਿਲਦੇ ਨੇ ਬਿਮਾਰੀਆਂ ਦੋ ਤਰੀਕੇ ਦੇ ਨਾਲ ਝੋਨੇਾਂ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਦੋ ਦਾਇਰੇ ਹੁੰਦੇ ਨੇ ਬਿਮਾਰੀਆਂ ਦੇ ਝੋਨੇ ਦੇ ਵਿੱਚ ਵੜਨ ਦੇ ਇੱਕ ਕਮਜ਼ੋਰ ਝੋਨੇ ਦੇ ਵਿੱਚ ਜ਼ਿਆਦਾਤਰ ਕੋਈ ਨਿੱਕੀ ਮੋਟੀ ਬਿਮਾਰੀ ਜਿਹੜੀ ਹੈ ਉਹ ਵੀ ਵੱਡੇ ਪੱਦਰ ਦੇ ਹਮਲਾ ਕਰ ਜਾਂਦੀ ਏ ਜਦੋਂ ਫਸਲ ਆਪਣੀ ਕਮਜ਼ੋਰ ਹੁੰਦੀ ਏ ਤੇ ਜਾਂ ਫਿਰ ਜਦੋਂ ਆਕਰਮਕ ਹਮਲਾ ਹੁੰਦਾ ਹੈ ਫਸਲਾਂ ਦੇ ਉੱਤੇ ਬਿਮਾਰੀਆਂ ਦਾ ਤੁਹਾਡੇ ਆਂਡ ਗਮਾਣ ਦੇ ਵਿੱਚ ਵੀ ਲਾਗੇ ਬੰਨੇ ਸਾਰੇ ਉਦੋਂ ਤੁਹਾਡੇ ਝੋਨੇ ਦੇ ਉੱਤੇ ਜਕਰ ਕੋਈ ਬਿਮਾਰੀ ਆਉਂਦੀ ਏ ਤਾਂ ਉਹ ਇੱਕ ਸੁਭਾਵਕ ਹਮਲਾ ਆਪਾਂ ਉਹਨੂੰ ਕਹਿ ਸਕਦੇ ਹਾਂ ਜੇਕਰ ਤੁਹਾਡੀ ਜ਼ਮੀਨ ਦੇ ਵਿੱਚ ਕਾਰਬੋਨਿਕ ਮੈਟਰ ਦੀ ਕਮੀ ਹੈ ਜੇਕਰ ਤੁਸੀਂ ਰੂੜੀ ਖਾਦ ਵਗੈਰਾ ਹਰੀ ਖਾਦ ਵਗੈਰਾ ਦੀ ਵਾਈ ਵਿੱਚ ਜੜੀ ਨਹੀਂ ਕਰਦੇ ਤਾਂ ਉਹਦੇ ਨਾਲ ਵੀ ਤੁਹਾਡੇ ਦਾਣਿਆਂ ਦੀ ਕੁਆਲਿਟੀ ਦੇ ਉੱਤੇ ਜਾ ਕੇ ਫਰਕ ਪੈਂਦਾ ਹੈ ਕੋਈ ਇਸ ਚੀਜ਼ ਨੂੰ ਮੰਨੇ ਜਾਂ ਨਾ ਮੰਨੇ ਆਮ ਜਿਹੜੇ ਜ਼ਿਮੀਦਾਰ ਨੇ ਉਹ ਇਹਨਾਂ ਚੀਜ਼ਾਂ ਦੇ ਬੜਾ ਜ਼ਿਆਦਾ ਘਾਟੀ ਧਿਆਨ ਦਿੰਦੇ ਨੇ ਨਿਊਟ੍ਰੀਸ਼ਨ ਡੈਫੀਸ਼ੈਂਸੀ ਨੂੰ ਆਪਾਂ ਪੂਰਾ ਕਰ ਦਿੱਤਾ ਹੈ ਸਾਡੀ ਜ਼ਮੀਨ ਦੇ ਵਿੱਚ ਬਿਲਕੁਲ ਕਾਰਬੋਨਿਕ ਮੈਟਰ ਦੀ ਕੋਈ ਕਮੀ ਨਹੀਂ ਗਈ ਤੇ ਇਹਦੇ ਤੋਂ ਬਾਅਦ ਦੇ ਵਿੱਚ ਜਿਹੜਾ ਨੁਕਸਾਨ ਕਰਦੀਆਂ ਨੇ ਦਾਣਿਆਂ ਨੂੰ ਦਾਗੀ ਕਰਨ ਦੇ ਪਿਛੇ ਉਹ ਕਰਦੀਆਂ ਨੇ ਬਿਮਾਰੀਆਂ ਸੋ ਬਿਮਾਰੀਆਂ ਦੇ ਨੁਕਸਾਨ ਤੋਂ ਬਚਣ ਦੇ ਵਾਸਤੇ ਬਿਮਾਰੀ ਨੂੰ ਪਹਿਲੇ ਦਿਨਾਂ ਦੇ ਵਿੱਚ ਫੜ ਲੈਣਾ ਸਭ ਤੋਂ ਜ਼ਿਆਦਾ ਆਪਣਾ ਫਾਇਦਾ ਕਰਵਾਉਂਦਾ ਹੈ ਜਿਕਰ ਆਪਾਂ ਉਸ ਬਿਮਾਰੀ ਨੂੰ ਵੱਧ ਜਾਣ ਦਿੰਨੇ ਆ ਬੜੇ ਜ਼ਾਦੇ ਜ਼ਿੰਮੇਦਾਰ ਨੇ ਜਿਨ੍ਹਾਂ ਦੇ ਝੋਨੇਆਂ ਦੇ ਵਿੱਚ ਸੀਥ ਬਲਾਈਟ ਜਦੋਂ ਵੱਧ ਜਾਂਦੀ ਏ ਉਦੋਂ ਜਾ ਕੇ ਉਹਦੀ ਸਪਰੇਅ ਕਰਦੇ ਨੇ ਕੋਈ ਵੀ ਬਿਮਾਰੀ ਜਦੋਂ ਉਹਨਾਂ ਨੂੰ ਘੱਟੋ ਘੱਟ 10-15% ਤੱਕ ਦਿਖਾਈ ਨਹੀਂ ਦਿੰਦੀ ਉਦੋਂ ਤੱਕ ਉਹਨੂੰ ਕੰਟਰੋਲ ਕਰਨ ਦੀ ਕੋਈ ਉਹ ਕੋਸ਼ਿਸ਼ ਨਹੀਂ ਕਰਦੇ ਜਿਹਦੇ ਪ੍ਰਭਾਵ ਵੱਧ ਦੇ ਵਿੱਚੋਂ ਦੀ ਇਹ ਪੈਂਦੇ ਨੇ ਕਿ ਉਹ ਬਿਮਾਰੀ ਨੂੰ ਕੰਟਰੋਲ ਵੀ ਕਰ ਲੈਂਦੇ ਨੇ ਪੈਸੇ ਵੀ ਲਾ ਲੈਂਦੇ ਨੇ ਤੇ ਉਹਨਾਂ ਦੇ ਦਾਣੇ ਵੀ ਜਿਹੜੇ ਝੋਨੇ ਦੇ ਨੇ ਉਹ ਦਾਗੀ ਹੋ ਜਾਂਦੇ ਨੇ ਫੰਗਸਾਂ ਏਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਤਣੇ ਦੇ ਉੱਤੇ ਵੀ ਝੋਨੇ ਦੇ ਉੱਤੇ ਆਉਂਦੀਆਂ ਨੇ ਤਾਂ ਉਹ ਦਾਣੇ ਨੂੰ ਵੀ ਪ੍ਰਭਾਵਿਤ ਕਰਨਗੀਆਂ ਤੇ ਉਹ ਦਾਣੇ ਨੂੰ ਛੱਡੋ ਆਉਣ ਵਾਲੀ ਜਿਹੜੀ ਤੁਹਾਡੀ ਦੂਸਰੀ ਫਸਲ ਹੈ ਉਹਨੂੰ ਵੀ ਪ੍ਰਭਾਵਿਤ ਕਰਨ ਗਈਆਂ ਜੇਕਰ ਉਹਨੂੰ ਤੁਸੀਂ ਉਸ ਬਿਮਾਰੀ ਨੂੰ ਛੇਤੀ ਪਹਿਲੇ ਦਿਨਾਂ ਦੇ ਵਿੱਚ ਫੜ ਨਹੀਂ ਲੈਂਦੇ ਉਹਨੂੰ ਕੰਟਰੋਲ ਤੁਸੀਂ ਨਹੀਂ ਕਰ ਲੈਂਦੇ ਤਾਂ ਇਹਦੇ ਤੋਂ ਬਾਅਦ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਮਗਰੋਂ ਜਿਹੜੀ ਸਭ ਤੋਂ ਵੱਡੀ ਚੀਜ਼ ਉਹ ਇਹ ਆਉਂਦੀ ਹੈ ਜੀ ਮੌਸਮ ਹੁਣ ਬੜੇ ਜ਼ਿਆਦੇ ਇੱਥੇ ਜਿਹੜੇ ਬੁੱਧੀਜੀਵੀ ਨੇ ਉਹ ਕਹਿਣਗੇ ਆਪਾਂ ਮੌਸਮ ਨੂੰ ਕੰਟਰੋਲ ਨਹੀਂ ਕਰ ਸਕਦੇ ਆਪਣੇ ਹੱਥ ਦੇ ਵਿੱਚ ਨਹੀਂਗਾ ਤੇ ਜਿਹੜਾ ਉਹਨੇ ਨੁਕਸਾਨ ਕਰਨਾ ਹੈ 40% ਜਾਂ 50% ਤੱਕ ਉਹਨੇ ਨੁਕਸਾਨ ਉਹ ਕਰਨਾ ਹੀ ਏ ਪਰ ਜਿਹੜੇ ਤਜਰਬੇ ਜੋ ਜੋ ਬੋਲਦੇ ਨੇ ਉਹਨਾਂ ਦੇ ਮੁਤਾਬਕ ਇਹ ਚੀਜ਼ਾਂ ਸਿੱਧ ਹੁੰਦੀਆਂ ਨੇ ਕਿ ਜੇਕਰ ਤੁਹਾਡੇ ਝੋਨੇ ਦੇ ਵਿੱਚ ਜਾਨ ਪੂਰੀ ਹੈਗੀਏ ਜੇਕਰ ਉਹਦੇ ਵਿੱਚ ਕੋਈ ਕਮਜ਼ੋਰੀ ਨਹੀਂ ਗਈ ਜੇਕਰ ਤੁਹਾਡਾ ਝੋਨਾ ਬਿਮਾਰੀਆਂ ਦੇ ਨਾਲ ਲੜਨ ਦੇ ਵਿੱਚ ਰੁੱਝਿਆ ਨਹੀਂ ਗਿਆ ਤਾਂ ਉਹ ਜਿਹੜਾ ਤੁਹਾਡਾ ਝੋਨਾ ਹੈ ਤੁਹਾਡੀ ਫਸਲ ਹੈ ਕਿਸੇ ਵੀ ਤਰ੍ਹਾਂ ਦੇ ਆਉਣ ਵਾਲੇ ਗਰਮ ਜਾਂ ਸਰਦ ਮੌਸਮ ਦੇ ਵਾਸਤੇ ਪਹਿਲਾਂ ਹੀ ਤਿਆਰ ਹੋ ਜਾਂਦੇ ਨੇ ਹਰ ਇੱਕ ਫਸਲ ਨੂੰ ਕੁਦਰਤ ਨੇ ਆਪੋ ਆਪਣਾ ਜਿਹੜਾ ਬਚਾ ਕਰਨ ਦਾ ਤਰੀਕਾ ਦੇ ਕੇ ਹੀ ਧਰਤੀ ਤੇ ਭਜਾਇਆ ਹੈ ਸੋ ਜੇਕਰ ਤੁਹਾਡੇ ਝੋਨੇ ਦੇ ਵਿੱਚ ਪੂਰੀ ਤਾਕਤ ਹੈਗੀਏ ਤਾਂ ਉਹ ਗੰਦੇ ਤੋਂ ਗੰਦੇ ਮੌਸਮ ਦੇ ਨਾਲ ਲੜਨ ਦੀ ਤਾਕਤ ਵੀ ਰੱਖਦਾ ਹੈ ਬਿਲਕੁਲ ਉਹਦਾ ਕੋਈ ਜ਼ਿਆਦਾ ਪ੍ਰਭਾਵ ਉਸ ਝੋਨੇ ਦੇ ਉੱਤੇ ਨਹੀਂ ਪਊਗਾ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਦੇ ਵਿੱਚ ਵੀ ਤੁਹਾਨੂੰ ਦੱਸਿਆ ਹੈ ਕਿ ਕੁੱਲ ਮਿਲਾ ਕੇ ਆਪਾਂ 90% ਤੱਕ ਝੋਨੇ ਦੇ ਦਾਣੇ ਜਿਹੜੇ ਨੇ ਦਾਗ ਹੀ ਹੁਣ ਤੋਂ ਬਚਾ ਸਕਦੇ ਹਾਂ ਉਹਨਾਂ ਦੇ ਵਿੱਚ ਹੀ ਇਹ ਵੀ ਚੀਜ਼ ਐਡ ਹੁੰਦੀ ਹੈ ਹਾਲਾਂਕਿ ਇਹਨਾਂ ਤੋਂ ਬਾਅਦ ਦੇ ਵਿੱਚ ਕਈ ਜ਼ਿੰਮੇਦਾਰ ਸਾਡੇ ਗਲਤੀਆਂ ਵੀ ਕਰਦੇ ਨੇ ਜਿਨ੍ਹਾਂ ਦੇ ਨਾਲ ਝੋਨੇ ਦਾਣੇ ਦਾਗੀ ਹੋ ਜਾਂਦੇ ਨੇ ਨੁਕਸਾਨ ਹੋ ਜਾਂਦਾ ਹੈ ਉਹਨਾਂ ਚੀਜ਼ਾਂ ਨੂੰ ਆਪਾਂ ਵਿੱਚ ਐਡ ਨਹੀਂ ਕੀਤਾ ਜਿਵੇਂ ਕਿ ਨਸਾਰੇ ਸਮੇਂ ਸਪਰੇਅ ਕਰ ਦੇਣੀ ਨਸਾਰੇ ਸਮੇਂ ਕਿਸੇ ਖੁਸ਼ਕ ਉਲੀ ਨਾਸ਼ਕ ਦੀ ਸਪਰੇਅ ਕਰ ਦੇਣੀ ਝੋਨੇ ਦੇ ਦਾਣੇ ਚਮਕਾਉਣ ਦੇ ਵਾਸਤੇ ਜਦੋਂ ਦਾਣੇ ਬਾਹਰ ਆਉਣ ਤੋਂ ਬਾਅਦ ਦੇ ਵਿੱਚ ਤੁਸੀਂ ਸਪਰੇਅ ਕਰਦੇ ਹੋ ਤਾਂ ਉਹ ਜਿਹੜੀ ਸਪਰੇਅ ਹੈ ਤੁਹਾਡੇ ਦਾਣਿਆਂ ਨੂੰ ਬੜੇ ਜਾਦੇ ਵੱਡੇ ਪੱਧਰ ਤੇ ਕਾਲਾ ਕਰ ਜਾਂਦੀ ਏ ਜਿਹੜੀ ਸਪਰੇ ਤੁਸੀਂ ਚਮਕਾਉਣ ਦੇ ਵਾਸਤੇ ਕੀਤੀ ਸੀ ਕੋਈ ਵੀ ਉਲੀ ਨਾਸ਼ਕਾ ਪਾਊਡਰ ਫਾਰਮ ਦੇ ਵਿੱਚ ਆਉਣ ਵਾਲਾ ਖਾਸ ਕਰਕੇ ਕੋਈ ਵੀ ਹੌਪਰ ਦੀ ਸਪਰੇ ਹੈ ਕੋਈ ਵੀ ਟਿੱਡ ਮਾਰਨ ਦੀ ਸਪਰੇ ਹੋ ਗਈ ਕਿਸੇ ਵੀ ਰਕਮ ਦੀ ਕੋਈ ਸਪਰੇ ਆ ਜਦੋਂ ਨਸਾਰੇ ਤੋਂ ਬਾਅਦ ਵਿੱਚ ਤੁਸੀਂ ਉਹਨੂੰ ਕਰਦੇ ਹੋ ਦਾਣਿਆਂ ਦੀ ਛਿੱਲ ਇੰਨੀ ਕ ਜਿਆਦੀ ਕਮਜ਼ੋਰ ਹੁੰਦੀ ਹੈ ਕਿ ਉਸ ਸਪਰੇ ਦੇ ਜਿਹੜੇ ਕਣ ਨੇ ਉਹ ਸਿੱਧੇ ਜਾ ਕੇ ਉਸ ਦਾਣੇ ਦੇ ਨਾਲ ਟਕਰਾਉਂਦੇ ਨੇ ਤੇ ਉੱਥੇ ਬਹੁਤੀ ਵਾਰੀ ਇਹ ਸੁਣਨ ਨੂੰ ਮਿਲ ਜਾਂਦਾ ਹੈ ਜ਼ਿੰਮੇਦਾਰ ਕਹਿੰਦੇ ਨੇ ਅਸੀਂ ਤਾਂ ਦਾਣੇ ਸਾਫ਼ ਕਰਨ ਦੇ ਵਾਸਤੇ ਸਪਰੇ ਕੀਤੀ ਸੀ ਪਰ ਉਸ ਸਪਰੇ ਦੇ ਨਾਲ ਸਾਡੇ ਦਾਣੇ ਜਿਹੜੇ ਨੇ ਉਦਾ ਕੀ ਹੋ ਗਏ ਨੇ ਉਹਦੇ ਪਿੱਛੇ ਕਾਰਨ ਇਹੋ ਹੀ ਹੁੰਦਾ ਹੈ ਕਿ ਆਪਣੀ ਟਾਈਮਿੰਗ ਜਿਹੜੀ ਸਪਰੇ ਕਰਨ ਦੀ ਉਹ ਗਲਤ ਹੁੰਦੀ ਹੈ ਜਿਹੜੀ ਮੁੱਖ ਦੀ ਗੱਲ ਉਹ ਇਹ ਹੈ ਬੜੇ ਜਿਆਦੇ ਜ਼ਿੰਮੇਦਾਰ ਦੁਕਾਨਾਂ ਦੇ ਉੱਤੇ ਜਾਂਦੇ ਨੇ ਦਾਣੇ ਦਾਗੀ ਹੋਣ ਤੋਂ ਬਾਅਦ ਦੇ ਵਿੱਚ ਜਾ ਕੇ ਕਹਿੰਦੇ ਨੇ ਕਿ ਦਾਣੇ ਦਾਗੀ ਹੋਈ ਜਾਂਦੇ ਨੇ ਤੇ ਸਾਨੂੰ ਕੋਈ ਸਪਰੇਅ ਦੇ ਦਿਓ ਤੇ ਉਹ ਕੋਈ ਨਾ ਕੋਈ ਉਲੀ ਨਾਸ਼ਕ ਦੇ ਦਿੰਦੇ ਨੇ ਉਹ ਉਲੀ ਨਾਸ਼ਕ ਕਰਨ ਤੋਂ ਬਾਅਦ ਵਿੱਚ ਇਹ ਵੀ ਹੋ ਸਕਦਾ ਹੈ ਕਿ ਹੋਰ ਜ਼ਿਆਦਾ ਤੁਹਾਡੇ ਦਾਣੇ ਜਿਹੜੇ ਝੋਨੇ ਦੇ ਦਾਗੀ ਹੋ ਜਾਣ ਜੇਕਰ ਕੋਈ ਬਿਮਾਰੀ ਨਹੀਂ ਹੈ ਤੁਹਾਡੇ ਝੋਨੇ ਦੇ ਵਿੱਚ ਖਾਸ ਕਰਕੇ ਬਾਸਮਤੀ ਦੇ ਵਿੱਚ ਜਿੰਨਾ ਚਿਰ ਤੁਹਾਨੂੰ ਕੰਢੀ ਰੋਗ ਵਗੈਰਾ ਦੀ ਬਿਮਾਰੀ ਜਿਹੜੀ ਜਾਂ ਕੋਈ ਵੀ ਕਿਸੇ ਹੋਰ ਰਕਮ ਦੀ ਬਿਮਾਰੀ ਵੀ ਲੀਫ ਬਲਾਸਟ ਹੋ ਗਿਆ ਸੀਥ ਬਲਾਈਟ ਹੋ ਗਈ ਦਿਖਾਈ ਨਹੀਂ ਦਿੰਦੀ ਤਾਂ ਉਹਨਾਂ ਚਿਰ ਤੱਕ ਕਦੇ ਵੀ ਤੁਸੀਂ ਨਸਾਰੇ ਤੋਂ ਬਾਅਦ ਵਿੱਚ ਕੋਈ ਵੀ ਸਪਰੇਅ ਜਿਹੜੀ ਝੋਨੇ ਦੇ ਉੱਤੇ ਨਾ ਕਰੋ ਝੋਨੇ ਨੂੰ ਨਸਾਰੇ ਸਮੇਂ ਸੋਕਾ ਨਾ ਲੱਗਣ ਦਿਓ ਨਸਾਰੇ ਤੋਂ ਬਾਅਦ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਆਪਾਂ ਕੋਈ ਸਪਰੇਅ ਨਹੀਂ ਕਰਨੀ ਨਸਾਰੇ ਤੋਂ ਪਹਿਲਾਂ ਐਨਪੀਕੇ 13 0 45 ਦੀ ਸਪਰੇਅ ਜੇਕਰ ਤੁਸੀਂ ਕਰ ਲੈਂਦੇ ਹੋ ਉਹ ਬੜੇ ਜ਼ਿਆਦੇ ਵੱਡੇ ਪੱਧਰ ਤੇ ਜਿਹੜਾ ਝੋਨੇ ਦਾ ਨੁਕਸਾਨ ਹੋਣ ਤੋਂ ਬਚਾਉਂਦੀ ਏ ਮੌਸਮ ਦੇ ਨਾਲ ਵੀ ਜਿਹੜਾ ਨੁਕਸਾਨ ਹੋਣਾ ਹੈ ਉਹਦੇ ਪ੍ਰਤੀ ਵੀ ਝੋਨੇ ਦੇ ਵਿੱਚ ਤਾਕਤ ਭਰ ਜਾਂਦੀ ਏ ਤੇ ਜੇਕਰ ਬਿਮਾਰੀ ਵੀ ਕੋਈ ਤੁਹਾਡੇ ਝੋਨੇ ਦੇ ਵਿੱਚ ਆਉਣੀ ਏ ਤਾਂ ਉਹ ਵੀ ਤਾਕਤਵਰ ਝੋਨੇ ਦੇ ਉੱਤੇ ਬੜੇ ਘੱਟ ਬਿਮਾਰੀਆਂ ਦਾ ਹਮਲਾ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ ਛੋਟੇ ਜਿਹੇ ਖਰਚੇ ਦੇ ਨਾਲ ਆਪਾਂ ਕਾਫੀ ਵੱਡੇ ਪੱਧਰ ਤੇ ਆਪਣੇ ਝੋਨੇ ਦਾ ਜਿਹੜਾ ਬਚਾਅ ਕਰ ਲੈਨੇ ਆ 13045 ਨੂੰ ਕਰਕੇ ਸੋ ਜੇਕਰ ਤੁਹਾਡੇ ਝੋਨੇ ਦੇ ਦਾਣੇ ਤੁਹਾਨੂੰ ਕੋਈ ਦਾਗ ਹੀ ਦਿਖਾਈ ਦਿੰਦੇ ਨੇ ਤਾਂ ਸਭ ਤੋਂ ਪਹਿਲੇ ਨੰਬਰ ਤੇ ਉਹਦੀ ਜਾਂਚ ਕਰੋ ਕਿ ਉਹਦੇ ਵਿੱਚ ਕੋਈ ਬਿਮਾਰੀ ਤਾਂ ਨਹੀਂ ਹੈਗੀ ਜੇਕਰ ਥੋੜੇ ਬਹੁਤੇ ਦਾਣੇ ਕੋਈ ਇਕੱਲੇ ਇਕੱਲੇ ਤੁਹਾਨੂੰ ਦਾਗ ਹੀ ਦਿਖਾਈ ਦਿੰਦੇ ਨੇ ਤਾਂ ਉਹ ਕਿਸੇ ਰਕਮ ਦੀ ਕੋਈ ਬਿਮਾਰੀ ਨਹੀਂਗੀ ਉਹਨੂੰ ਠੀਕ ਕਰਨ ਦੇ ਵਾਸਤੇ ਕੋਈ ਵੀ ਸਪਰੇਅ ਤੁਸੀਂ ਕੋਈ ਵੀ ਸਪਰੇਅ ਨਹੀਂ ਕਰਨੀ ਸਾਡਾ ਕੰਮ ਹੈ ਡੰਡਾ ਖੜਕਾਉਂਦੇ ਰਹਿਣਾ ਤੁਹਾਨੂੰ ਸੁਚੇਤ ਕਰਦੇ ਰਹਿਣਾ ਸਾਡਾ ਕੰਮ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੇਕਰ ਚੰਗਾ ਲੱਗਦਾ ਹੈ ਤਾਂ ਅੱਗੇ ਹੋਰ ਕਿਸਾਨਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਜੇ ਵੀਡੀਓ ਨੂੰ ਵੇਖਣ ਲਈ ਬਹੁਤ ਬਹੁਤ ਧੰਨਵਾਦ